ਲਓ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਜਿੱਥੇ ਕਹਿ ਸਕਦੇ ਹਾਂ ਕਿ ਅੱਜ ਜਿਹੜਾ ਆਰਟ ਗਰੁੱਪ ਆਇਆ ਸੀਗਾ ਉਸ ਦੇ ਵਿੱਚ ਵੀ ਸਿਰੇ ਹੋਬੀ ਧਾਲੀਵਾਲ ਨਾਲ ਗੱਲਬਾਤ ਹੋਈ ਸੀ, ਜਿਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜੀ ਸੰਗਤ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਂਦੀ ਹੈਗੀ ਆ ਤਾਂ ਉੱਥੇ ਹੀ ਜਿਹੜਾ ਸਮਾਂ ਹੈਗਾ ਬਹੁਤ ਥੋੜ੍ਹਾ ਮਿਲਦਾ ਹੈਗਾ, ਉਸ ਨੂੰ ਲੈ ਕੇ ਸੰਗਤ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਥੋੜ੍ਹਾ ਸਮਾਂ ਵਧਾਇਆ ਜਾਵੇ ਜਾਂ ਫਿਰ ਜਿਹੜੀਆਂ ਨਜ਼ਦੀਕੀ ਸਰਾਵਾਂ ਜਿਹੜੀਆਂ ਉਹ ਜ਼ਰੂਰ ਹੋਣ, ਕਿ ਜਿਹੜਾ ਦੂਰ ਤੋਂ ਕਹਿ ਸਕਦੇ ਹਾਂ ਕਿ ਸਫ਼ਰ ਕਰਕੇ ਆਉਂਦਾ ਹੈਗਾ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਇਹੋ ਜਿਹੀ ਦਿੱਕਤ ਨਾ ਆਵੇ। ਤਾਂ ਮੇਰੇ ਨਾਲ ਕਰਤਾਰ ਠਾਕੁਰ ਸਾਹਿਬ ਹੈਗੇ, ਠਾਕੁਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ ਏਟਨ 'ਤੇ। ਤਾਂ ਇੱਥੇ ਸੰਗਤ ਜਿਹੜੀ ਆਉਂਦੀ ਹੈਗੀ ਬਹੁਤ ਘੱਟ ਸਮਾਂ, ਜਿੱਦਾਂ ਹੁਣ ਤੁਸੀਂ ਅੱਜ ਸਾਰੇ ਜਿਹੜੇ ਤੁਹਾਡੇ ਵਿੱਚ ਆਉਣ ਵਾਲੇ ਹੈਗੇ ਆ, ਕੋਈ ਆਰਟਸ ਗਰੁੱਪ ਹੈਗਾ ਉਹ ਸਾਰੇ ਮਿਲੇ ਹੈਗੇ ਆ, ਅਤੇ ਕਿਸ ਤਰ੍ਹਾਂ ਦਾ ਦੇਖਦੇ ਹੋ ਕਿਹੜਾ ਸਮੇਂ ਨੂੰ ਲੈ ਕੇ ਜਿਹੜੀ ਹੁਣੇ ਗੱਲਬਾਤ ਚੱਲ ਰਹੀ ਸੀ, ਚਰਚਾ ਚੱਲ ਰਹੀ ਸੀ, ਕੁਛ ਕਹਿਣਾ ਚਾਹੋਗੇ ਦੇ ਉੱਤੇ? ਸਮਾਂ ਜੀ ਬਹੁਤ ਘੱਟ ਮਿਲਦਾ, ਜਿਸ ਤਰ੍ਹਾਂ 9 ਵਜੇ ਦਾ ਟਾਈਮ ਹੈਗਾ, 3-4 ਵਜੇ ਤੱਕ ਵਾਪਸ ਜਾਣਾ ਹੁੰਦਾ ਸਾਰਿਆਂ ਸੱਜਣਾਂ ਨੇ। ਸਵੇਰੇ 9 ਵਜੇ ਦਾ ਮਤਲਬ ਇਹ ਹੁੰਦਾ ਕਿ 10-10:30 ਵਜੇ ਤੱਕ ਪਹੁੰਚਦੇ ਆ ਜੀ, ਮੱਥਾ ਟੇਕਦੇ ਹਾਂ, 2 ਵੱਜ ਜਾਂਦੇ ਨੇ, ਲੰਗਰ ਕੀਤਾ ਅਤੇ ਵਾਪਸੀ ਦੀ ਤਿਆਰੀ ਹੋ ਜਾਂਦੀ ਹੈ। ਇਹ ਤਾਂ ਕੋਈ ਸਵਾਦ ਨਹੀਂ ਰਹਿੰਦਾ ਭਾਅ ਜੀ, ਐਵੇਂ 5 ਮਿੰਟਾਂ 'ਚ ਤਾਂ ਸਾਰਾ ਟਾਈਮ ਲੱਗ ਜਾਂਦਾ। ਅਸੀਂ ਬੇਨਤੀ ਪਾਈ ਹੋਈ ਹੈ ਕਿ ਵੀ ਜਿੰਨੀਆਂ ਸੰਗਤਾਂ ਆਉਂਦੀਆਂ ਇੱਥੇ ਉਹਨਾਂ ਨੂੰ 1 ਰਾਤ ਜਿਹੜਾ ਨਾ ਜੀ ਇੱਥੇ ਠਹਿਰਨ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਕਿ ਅਸੀਂ ਸਾਰੇ ਭੈਣ ਭਰਾ ਆਪਸ ਦੇ ਵਿੱਚ ਇੱਕ ਟਾਈਮ ਜਿਹੜਾ ਨਾ ਇਕੱਠਾ ਗੁਜ਼ਾਰੀਏ, ਇੱਕ ਦੂਜੇ ਦੀ ਗੱਲਬਾਤ ਸੁਣੀਏ ਤਾਂ ਸਹੀ ਜੀ। ਤਾਂ ਵੈਸੇ 1 ਰਾਤ 'ਚ ਵੀ ਨਹੀਂ ਰੱਜਣਾ ਬਿਲਕੁਲ, ਲੇਕਿਨ ਫਿਰ ਵੀ ਬਸ ਜੀ ਕਰਦਾ ਵੀ ਥੋੜ੍ਹਾ ਸਮਾਂ ਜ਼ਿਆਦਾ ਮਿਲ ਜਾਵੇ, ਅਤੇ ਰੱਬ ਸੁੱਖ ਰੱਖੇ ਅਤੇ ਹੋਰ 1.5 ਮਹੀਨੇ ਤੱਕ ਇਹ ਸਾਰੀਆਂ ਗੱਲਾਂ ਤੈਅ ਹੋ ਜਾਣੀਆਂ ਜੀ। ਫਿਰ ਜਿੰਨੀਆਂ ਸੰਗਤਾਂ ਆਉਣਗੀਆਂ ਸਾਡੇ ਕੋਲ ਇੱਥੇ 1 ਰਾਤ ਰਹਿਣਗੀਆਂ ਜੀ, ਅਗਲੇ ਦਿਨ ਵਾਪਸ ਜਾਊਂਗੀ। ਸਰਕਾਰ ਨੂੰ ਦਰਖਾਸਤ ਕੀਤੀ ਇਸ ਬਾਰੇ? ਹਾਂਜੀ ਹਾਂਜੀ, ਸਾਡੀ ਦਰਖਾਸਤ ਚੱਲ ਰਹੀ ਜੀ, ਬੇਨਤੀ ਚੱਲ ਰਹੀ ਹੈ। ਇਹ ਹੁਣ ਮਿਨਿਸਟਰ ਜਿਹੜੇ ਆਏ ਸਨ ਉਹਨਾਂ ਨੂੰ ਵੀ ਅਸੀਂ ਕਿਹਾ ਅਤੇ ਇਹ ਗੱਲ ਛੇਤੀ ਬਣ ਜਾਊਗੀ। ਹਾਂਜੀ ਹਾਂਜੀ, ਕੁਛ ਸੁਨੇਹਾ ਜਿਹੜਾ ਹੈਗਾ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਫਿਲਮਾਂ ਨੂੰ ਲੈ ਕੇ ਬਹੁਤ ਪਿਆਰ ਕਰਦੇ ਆ ਲੋਕ ਤੁਹਾਨੂੰ, ਪੰਜਾਬ ਜੇ ਇੱਧਰ ਕਰਦੇ ਤਾਂ ਉੱਧਰ ਵੀ ਬਹੁਤ ਕਰਦੇ, ਦੁਨੀਆਂ ਭਰ ਦੇ ਵਿੱਚ ਬਹੁਤ ਪਿਆਰ ਕਰਦੇ ਹੈਗੇ। ਤਾਂ ਕੋਈ ਛੋਟਾ ਜਿਹਾ ਮੈਸੇਜ ਕਿ ਨਵੀਂ ਫਿਲਮ ਬਾਰੇ? ਜਿਹੜਾ ਇੱਧਰ ਉੱਧਰ ਵਾਲਾ ਪੰਜਾਬ ਚੜ੍ਹਦਾ ਲੈਂਦਾ ਪੰਜਾਬ, ਇਹ ਮੁੱਕ ਗਿਆ, ਇਹ ਗੱਲ ਮੁੱਕ ਗਈ ਹੈਗੀ ਹੈ, ਇਹ ਹੁਣ ਪੰਜਾਬ ਹੈ ਜੀ, ਇਹ ਪੂਰਾ ਇੱਕੋ ਹੀ ਪੰਜਾਬ ਹੈ ਜੀ। ਫਿਲਮਾਂ ਦੇ ਜ਼ਰੀਏ ਅਸੀਂ ਇੱਕ ਦੂਜੇ ਨੂੰ ਜੋੜ ਲਿਆ, ਅੱਜ ਰਿਜ਼ਲਟ ਤੁਹਾਡੇ ਸਾਹਮਣੇ ਹੈ। ਆਏ ਕਿ ਜ਼ਰਾ ਕੈਮਰੇ ਨੂੰ ਚੱਕਰ ਲਵਾ ਕੇ ਦਿਖਾਓ ਕਿ ਕਿਹੜੀ ਧਰਤੀ ਦੇ ਉੱਤੇ ਕਿੰਨੇ ਲੋਕ ਇੱਥੇ ਸਾਰੇ ਇਕੱਠੇ ਹੋਏ ਨੇ, ਇਹ ਇੱਕ ਦੂਜੇ ਦਾ ਸਾਂਝਾ ਪਿਆਰ ਹੀ ਸੀ ਤਾਂ ਇਕੱਠੇ ਹੋਏ, ਅਤੇ ਰੱਬ ਸੁੱਖ ਰੱਖੇ ਅਤੇ ਇਹ ਗੱਲ ਵਧੂਗੀ, ਇਹ ਘਟੂਗੀ ਨਹੀਂ, ਕਿਉਂਕਿ ਪਿਆਰ ਜਿੱਦਾਂ ਜਿੱਦਾਂ ਵੱਧਦਾ ਨਾ ਗੱਲ ਵੱਧਦੀ। ਕੋਈ ਨਵੀਂ ਫਿਲਮ ਜਿਹੜੀ ਆਉਂਦੀ ਹੋਵੇ? ਨਵੀਂ ਫਿਲਮ ਇੱਕ ਤਾਂ ਭਾਅ ਜੀ ਗਿੱਪੀ ਭਾਅ ਜੀ ਦੀ ਇੱਧਰ ਸ਼ੂਟ ਹੋਣ ਜਾ ਰਹੀ, ਜਿਹਨੇ ਲਾਹੌਰ ਨਹੀਂ ਵੇਖਿਆ। ਸਾਡੀ ਫਿਲਮ ਜਿਹੜੀ ਹੈ ਉਹ ਸ਼ੂਟ ਹੋਣ ਜਾ ਰਹੀ ਲਾਹੌਰ ਤੋਂ ਲਖਨਊ, ਉਹ ਅਸੀਂ ਇੱਥੋਂ ਲੈ ਕੇ ਜਾਣੀ ਵਿਰਾਸਤਾ USA, ਲਾਹੌਰੋਂ USA, USA ਤੋਂ ਲਖਨਊ, ਅਤੇ ਛੇਤੀ ਅਗਲੇ 2-4 ਮਹੀਨੇ ਚੁੱਕ ਦਿਆਂਗੇ। ਗੁਰਦਰਸ਼ਨ ਸਿੰਘ।